ਜੇ ਤੁਸੀ ਧਰਨੀ ਚਾਣ ਦੀ ਗੱਲ ਕਰਦੇ ਹੋ ਤਾਂ ਵੀ ਤੁਹਾਨੂੰ ਹਾਊਸ ਅਰੈਸਟ ਕਰ ਲਿਆ ਸੀ। ਇਹ ਆ ਦੇਖ ਲਓ ਮੈਨੂੰ ਘੇਰ ਕੇ ਹਾਊਸ ਅਰੈਸਟ ਕੀਤਾ ਪਰਲਮੈਂਟ ਦੇ ਵਿੱਚ ਬੋਲਣ ਨਹੀਂ ਦਿੱਤੇ। ਜੇ ਜ਼ੀਰੋ ਐਫ ਆਈ ਆਰ ਦਰਜ ਵੀ ਕੀਤੀ ਹੈ ਫਿਰ ਇਹਦੀ ਤਫ਼ਤੀਸ਼ ਸੀਬੀਆਈ ਵੀ ਕਰ ਸਕਦੀ ਹੈ ਨਾ ਇਹ ਵੀ ਕਰ ਸਕਦੀ ਹੈ ਇਹ ਜ਼ਰੂਰੀ ਥੋੜੀ ਹੈ ਕਿ ਹਰਿਆਣਾ ਦੀ ਪੁਲਿਸ ਹੀ ਕਰੂਗੀ। ਆਨੋਂ ਦੇ ਖਿਲਾਫ ਐਫਆਈਆਰ ਕੀਤੀ ਗਈ ਹੈ ਹਾਲਾਂਕਿ ਸਦਾ ਪਤਾ ਵੀ ਜਾਂ ਤੇ ਕੇਂਦਰ ਦੇ ਸੁਰੱਖਿਆ ਬਲ ਖੜੇ ਨੇ ਜਾਂ ਹਰਿਆਣਾ ਪੁਲਿਸ ਖੜੀ ਆ ਤੁਸੀਂ ਪੁਲਿਸ ਦੇ ਐਸਐਸਪੀ ਰਹੇ ਹੋ ਤੁਹਾਨੂੰ ਇਸ ਸਿਸਟਮ ਦਾ ਚੰਗੀ ਤਰ੍ਹਾਂ ਪਤਾ ਕੀ ਹੁਣ ਬਾਈ ਨੇਮ ਕਿਹੜੇ ਅਫਸਰ ਨੂੰ ਕੀਤਾ ਜਾ ਸਕਦਾ ਸੀ ਇਹ ਆਮ ਪਾਰਟੀ ਦਾ ਰਾਜ ਹੈ ਤੇ ਉਹ ਵੀ ਸਾਜਿਸ ਦੇ ਵਿੱਚ ਇਹ ਤੇ ਵਿੱਚ ਮਿਲਿਆ ਹੋਇਆ ਜੋ ਕੁਝ ਖਨੌਰੀ ਹੋਇਆ ਜੋ ਕੁਝ ਸ਼ੰਭੂ ਹੋਇਆ ਜਿਹਨਾਂ ਨੂੰ ਜਵਾਬੀ ਫਾਇਰ ਕੱਟਣਾ ਚਾਹੀਦਾ ਸੀਗਾ ਕੀ ਨਾਂ ਦੀ ਹਿੰਮਤ ਕਿਵੇਂ ਹੋ 21 ਪੰਜਾਬ ਦੇ ਉੱਤੇ ਇਹ ਦੂਸਰਾ ਸੂਪਾ ਇਹ ਗੋਲੀਆਂ ਚਲਾ ਰਿਹਾ ਡਰੋਨਸ ਭੇਜ ਰਿਹਾ ਇਹ ਸਮਰੂਹ ਤੋਂ ਐਮਪੀ ਹੁੰਦੀ ਸੀ ਭਗਵੰਤ ਸਿੰਘ ਮਾਨ ਆਪਣੇ ਸੀਐਮ ਸਾਹਿਬ ਜਦੋਂ ਸਮਰੂਹ ਤੋਂ ਐਮਪੀ ਹੁੰਦੇ ਸੀ ਉਦੋਂ ਪਾਰਲੀਮੈਂਟ ਦੇ ਵਿੱਚ ਕਹਿੰਦੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੇ ਅਣਪਛਾਤੀ ਪੁਲਿਸ ਤੇ ਪਰਚਾ ਦਰਜ ਕੀਤਾ ਉਸ ਵੇਲੇ ਉਹ ਕਹਿੰਦੇ ਸੀਗੇ ਕਿ ਪੁਲਿਸ ਅਣਪਛਾਤੀ ਕਿਵੇਂ ਹੋ ਸਕਦੀ ਹੈ ਪਰ ਹੁਣ ਉਹਨਾਂ ਨੇ ਹੀ ਅਣਪਛਾਤੀ ਪੁਲਿਸ ਤੇ ਖਿਲਾਫ ਪਰਚਾ ਦਰਜ ਕੀਤਾ ਅਣਪਛਾਤਾ ਖਿਲਾਫ ਮੈਂ ਗੱਲ ਕਰਦਾ ਕਿ ਸਾਡੀ ਨੁਮਾਇੰਦਗੀ ਨਹੀਂ ਕਰਦੇ ਇਹ ਇੱਥੇ ਆਮ ਪਾਰਟੀ ਦੇ ਮਾਨ ਸਾਹਿਬ ਨਹੀਂ ਕਰਦੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਮੈਂ ਪੰਜਾਬ ਦੇ ਕਿਸਾਨਾਂ ਦਾ ਤੇ ਪੰਜਾਬ ਦਾ ਵਕੀਲ ਬਣ ਕੇ ਕੇਂਦਰ ਦੇ ਨਾਲ ਮੀਟਿੰਗਾਂ ਕਰਾ ਰਿਹਾ ਕਹਿੰਦੇ ਮੈਂ ਤਾਂ ਮਸਲਾ ਹੱਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਸਾਡੇ ਫਿਰ ਹੱਲ ਕਿਉਂ ਨਹੀਂ ਕਰਾਇਆ ਤੁਸੀਂ ਇੰਟਰਨੈਸ਼ਨਲ ਬਾਰਡਰਸ ਖੋਲੋ ਜੇ ਪਾਕਿਸਤਾਨ ਦੇ ਨਾਲ ਸਾਡਾ ਬਾਰਡਰ ਖੁੱਲਦਾ ਸਾਡੀਆਂ ਇਹ ਖੇਤੀਬਾੜੀ ਦੀਆਂ ਜਿੰਸਾਂ ਟਰੇਡ ਸਾਰਾ ਕੁਝ ਬਾਹਰ ਦੇ ਮੁਲਕਾਂ ਦੇ ਨਾਲ ਇਹ ਟਰੇਡ ਹੁੰਦੀ ਹੈ ਇੱਥੇ ਜਿਹੜੇ ਸ਼ਹਿਰੀ ਵੀ ਹੈਗੇ ਆ ਉਬੀ ਬੋਰਡ ਵਤੀਆਂ ਤਰ੍ਹਾਂ ਰਹਿਣਗੇ ਪੈਸਾ ਹੋਊਗਾ ਇੰਡਸਟਰੀ ਵਧੂਗੀ ਜਦੋਂ ਬਾਰਡਰ ਖੁੱਲ ਗਿਆ ਤੇ ਟ੍ਰੇਡ ਇਰਾਕ, ਇਰਾਨ, ਸਰੀਆ, ਮਿਡਲ ਈਸਟ, ਰੂਸ, ਚੀਨ ਦੇ ਨਾਲ ਰਿਪਬਲਿਕਸ ਜਿਹੜੀਆਂ ਏਸ਼ੀਆ ਦੇ ਵਿੱਚ ਐ ਉੱਥੇ ਸ਼ੁਰੂ ਹੋਊਗੀ ਤਾਂ ਇੱਥੇ ਤਾਂ ਬਹੁਤ ਸਾਨੂੰ ਫਾਇਦਾ ਹੋਊਗਾ ਸਾਡੇ ਇਹ ਆਰਾਮ ਤੋਂ ਪਾਈਪਲਾਈਨ ਆਉਗੀ ਤੇਲ ਦੀ ਫਾਜ਼ਲ ਕਾ ਆ ਕੇ ਉੱਥੇ ਉਸਾ ਹੈਟ ਬਣੂਗਾ ਸਾਨੂੰ ਤਾਂ ਬਹੁਤ ਫਾਇਦਾ ਜੇ ਇਹ ਸਟਾ ਲੱਖਾ ਖੁੱਲ ਜੇ ਪਰ ਇਹ ਨਹੀਂ ਖੋਲ ਰਹੀ ਯੂਕਰੇਨ ਤੇ ਰਸ਼ੀਆ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਕਣਕ ਪੈਦਾ ਹੁੰਦੀ ਹੈ ਜਿੱਦੋਂ ਦੀ ਲੜਾਈ ਲੱਗੀ ਹੈ ਉੱਥੇ ਤਾਂ ਕਣਕ ਹੀ ਹੈ ਨਹੀਂਗੀ ਤੇ ਪੰਜਾਬ ਤੇ ਹਰਿਆਣਾ ਹੈਗੇ ਜਿਹੜੇ ਇਹ ਸਾਰੀ ਕਣਕ ਦੁਨੀਆ ਨੂੰ ਸਪਲਾਈ ਕਰ ਰਹੀ ਹੈ ਸੋ ਮੇਰਾ ਮਤਲਬ ਹੈ ਕਿ ਕੋਈ ਵੀ ਮਸਲਾ ਸਿੱਖਾਂ ਦਾ ਸੈਂਟਰ ਨੇ ਹੱਲ ਨਹੀਂ ਕੀਤਾ 10 ਸਾਲ ਹੋ ਗਏ ਮੋਤੀ ਸਾਹਿਬ ਦੀ ਸਰਕਾਰ ਨੂੰ ਪਸੰਦਾਂ ਦੇ ਵੀ ਇਹ ਹੈ ਜਿਹੜੇ ਕਰਜ਼ੇ ਮਾਫ ਕੀਤੇ ਜਾਣ ਜਿਵੇਂ 1947 ਤੋਂ ਪਹਿਲਾਂ ਸਾਡੇ ਜੁਆਇੰਟ ਪੰਜਾਬ ਦੇ ਖੇਤੀਬਾੜੀ ਦੇ ਬਜਿੱਟ ਸੀ ਕਿ ਸਰਚੂਟ ਰੌਣ ਉਹਨਾਂ ਨੇ ਮਾਫ ਕਰਤੇ ਸੀ ਕਿ ਕਰਜ਼ੇ ਤੇ ਉਹਦੇ ਨਾਲ ਬਹੁਤ ਫਾਇਦਾ ਹੋਇਆ ਸੀਗਾ ਸਾਰੇ ਪੰਜਾਬ ਨੂੰ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟਾਲ ਪੰਜਾਬ ਦੇ ਵਿੱਚ ਪੰਜਾਬ ਹਰਿਆਣਾ ਬਾਰਡਰਾਂ ਤੇ ਕਿਸਾਨੀ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਜਿਦੇ ਵਿੱਚ ਹਰ ਕਿਸਾਨ ਪੱਖੀ ਤੇ ਸਿਹਰਦ ਬੰਦਾ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੱਕ ਰਿਹਾ ਲੜਾਈ ਲੜ ਰਹੇ ਨੇ ਚਾਹੇ ਪੋਲਿਟਿਸ਼ੀਅਨਸ ਹੋਣ ਚਾਹੇ ਪੰਜਾਬ ਦੇ ਆਮ ਲੋਕ ਨੇ ਚਾਹੇ ਉਹ ਕਾਰੋਬਾਰੀ ਨੇ ਕਿਸਾਨੀ ਦੇ ਹੱਕ ਦੇ ਵਿੱਚ ਆਵਾਜ਼ ਚੱਕ ਰਹੇ ਨੇ ਤਾਂ ਇਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦਾ ਅੱਜ ਪ੍ਰੋਗਰਾਮ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਇੱਕ ਵਾਰ ਫਿਰ ਉਹਨਾਂ ਨੂੰ ਘਰ ਦੇ ਵਿੱਚ ਉਹਨਾਂ ਦੇ ਨਜ਼ਰਬੰਦ ਕੀਤਾ ਗਿਆ ਤਾਂ ਗੱਲਬਾਤ ਅਸੀਂ ਉਹਨਾਂ ਦੇ ਨਾਲ ਕਰਦੇ ਆ ਕਿ ਕੀ ਪ੍ਰੋਗਰਾਮ ਸੀ ਉਹਨਾਂ ਦਾ ਤੇ ਅੱਗੇ ਕਿਸਾਨੀ ਦੇ ਲਈ ਹੋਰ ਉਹਨਾਂ ਦੀਆਂ ਕੀ ਜਿਹੜੇ ਪਲਾਨਸ ਨੇ ਇਸ ਪ੍ਰੋਟੈਸਟ ਨੂੰ ਲੈ ਕੇ ਸਵਾਗਤ ਆ ਮਾਨ ਸਰ ਤੁਹਾਡਾ ਬਾਕੀ ਜਿ cục ਖਾਲਸਾ ਬਾਕੀ ਜਿ cục ਫਤਿਹ ਜੀ ਥੈਂਕ ਯੂ ਤੁਸੀਂ ਆਏ ਹੋ ਤੇ ਸਾਡੇ ਜਿਹੜੇ ਸਿੱਖਾਂ ਦੇ ਮਸਲੇ ਹਨ ਉਹ ਅਸੀਂ ਹਾਈਲਾਈਟ ਕਰ ਰਹੇ ਹਾਂ ਇੱਕ ਤਾਂ ਕਿਸਾਨਾਂ ਦਾ ਹੈਗਾ ਜਿਹੜਾ ਸ਼ੰਭੂ ਤੇ ਖਨੋਰੀ ਉੱਥੇ ਜਾ ਕੇ ਗੋਲੀ ਚਲਾਈ ਹੈ ਹਰਿਆਣਾ ਪੁਲਿਸ ਨੇ ਕਾਸਰ ਕੇ ਆਰਐਸਐਸ ਦੇ ਜਿਹੜਾ ਮਿਲਟਰੀ ਵਿੰਗ ਹੈ ਉਹ ਵੀ ਵਿੱਚ ਇਨਵੋਲਡ ਹੈਗਾ ਕਿਉਂ ਕਰਕੇ ਕਿਸਾਨਾਂ ਦੇ ਟਰੈਕਟਰਾਂ ਦੇ ਇੰਜਨਸ ਦੇ ਵਿੱਚ ਖੰਡਪਾਤੀ ਜੀ ਦੇ ਨਾਲ ਉਹ ਇੰਜਨ ਜੈਮ ਹੋ ਜਾਣ ਬੰਦੇ ਮਾਰਤੇ ਐ ਕਿਸਾਨ ਜ਼ਖਮੀ ਕਰ ਦਿੱਤੇ ਐ ਤੇ ਉਹਨਾਂ ਨੂੰ ਆਪਣਾ ਰਾਈਟ ਪ੍ਰੋਟੈਸਟ ਕਰਨ ਦਾ ਜਿਵੇਂ ਕਨਸਟੀਟਿਊਸ਼ਨ ਆਰਟੀਕਲ 19 ਦੇ ਵਿੱਚ ਕਹਿੰਦੀ ਐ ਉਹ ਕਰਨ ਨਹੀਂ ਦਿੱਤਾ ਹੈਗਾ ਤੇ ਇਹੋ ਜਿ ਮਸਲੇ ਹੈ ਕਿ ਕਿਸਾਨਾਂ ਦੇ ਕੀ ਇਹ ਸਾਡੇ ਲੋਨ ਮਾਫ ਕਰ ਦੋ ਕਰਜ਼ੇ ਮਾਫ ਕਰ ਦੋ ਜੇ ਸ਼ਾਹੂਕਰਾਂ ਦੇ ਵੱਡੇ ਵੱਡੇ ਸ਼ਾਹੂਕਰਾਂ ਦੇ ਕਰਜ਼ੇ ਮਾਫ ਕਰਤੇ ਹੈ ਤਾਂ ਫਿਰ ਆਰਟੀਕਲ 14 ਕਹਿੰਦੀ ਹੈ ਸਭ ਤੋਂ ਹੰਦੀ ਕਿ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੈ ਫਿਰ ਕਿਸਾਨਾਂ ਦੇ ਵੀ ਇਹ ਜਿਹੜੇ ਕਰਜ਼ੇ ਮਾਫ ਕੀਤੇ ਜਾਣ ਜਿਵੇਂ 1947 ਤੋਂ ਪਹਿਲਾਂ ਸਾਡੇ ਜੁਆਇੰਟ ਪੰਜਾਬ ਦੇ ਕਿ ტიਪ ਵਾਲੀ ਦੇਬੀ ਸੀ ਕਿ ਸਰਚੂਟਰਾਮ ਉਹਨਾਂ ਨੇ ਮਾਫ ਕਰਤੇ ਸੀ ਕਿ ਕਰਜੇ ਤੇ ਉਹਦੇ ਨਾਲ ਬਹੁਤ ਫਾਇਦਾ ਹੋਇਆ ਸੀਗਾ ਸਾਰੇ ਪੰਜਾਬ ਨੂੰ ਤੇ ਸਵਾਮੀ ਨਾਥਨ ਰਿਪੋਰਟ ਹੈ ਕਿ ਇਹ ਲਾਗੂ ਹੋ ਸਕਦੀ ਹੈ ਐਮਐਸਪੀ ਕਮਿਊਨਿਟੋਰਡ ਤੇ ਲਾਗੂ ਹੋ ਸਕਦੀ ਹੈ ਕਿਉਂ ਕਰਕੇ ਯੂਕਰੇਨ ਤੇ ਰਸ਼ੀਆ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਕਣਕ ਪੈਦਾ ਹੁੰਦੀ ਹੈ ਜਿੱਦੋਂ ਦੀ ਲੜਾਈ ਲੱਗੀ ਹੈ ਉੱਥੇ ਤਾਂ ਕਣਕ ਹੀ ਹੈ ਨਹੀਂ ਜੀ ਤੇ ਪੰਜਾਬ ਤੇ ਹਰਿਆਣਾ ਹੈਗੇ ਜਿਹੜੇ ਇਹ ਸਾਰੀ ਕਣਕ ਦੁਨੀਆ ਨੂੰ ਸਪਲਾਈ ਕਰ ਰਹੀ ਹੈ ਸੋ ਮੇਰਾ ਮਤਲਬ ਹੈ ਕਿ ਕੋਈ ਵੀ ਮਸਲਾ ਸਿੱਖਾਂ ਦਾ ਸੈਂਟਰ ਨੇ ਹਰ ਨਹੀਂ ਕੀਤਾ 10 ਸਾਲ ਹੋ ਗਏ ਮੋਤੀ ਸਾਹਿਬ ਦੀ ਸਰਕਾਰ ਨੂੰ ਪਰ ਅਜੇ ਤੱਕ ਕੋਈ ਇਨਵੈਸਟਮੈਂਟ ਕੋਈ ਕੋਈ ਚੀਜ਼ ਨਹੀਂ ਦਿੱਤੀ ਕਿ 46 ਲੱਖ ਸਾਡੇ ਨੌਜਵਾਨ ਬੇਰੁਜ਼ਗਾਰ ਹੈ ਅਸੀਂ ਕਹਿੰਦੇ ਹਾਂ ਕਿ ਇਹ ਇੰਟਰਨੈਸ਼ਨਲ ਮੋਨਟਰੀ ਫੰਡ ਤੇ ਬਾਰੇ ਸਾਰਾ ਕਹਿੰਦੇ ਹੈ ਕੀ ਤੁਸੀਂ ਇੰਟਰਨੈਸ਼ਨਲ ਬਾਰਡਰਸ ਖੋਲੋ ਜੇ ਪਾਕਿਸਤਾਨ ਦੇ ਨਾਲ ਸਾਡਾ ਬਾਰਡਰ ਖੁੱਲਦਾ ਸਾਡੀਆਂ ਇਹ ਖੇਤੀਬਾੜੀ ਦੀਆਂ ਜਿੰਸਾਂ ਟਰੇਡ ਸਾਰਾ ਕੁਝ ਬਾਹਰ ਦੇ ਮੁਲਕਾਂ ਦੇ ਨਾਲ ਇਹ ਟਰੇਡ ਹੁੰਦੀ ਹੈ ਇੱਥੇ ਜਿਹੜੇ ਸ਼ਹਿਰੀ ਵੀ ਹੈਗੇ ਆ ਉਹ ਵੀ ਬਹੁਤ ਵਧੀਆ ਤਰ੍ਹਾਂ ਰਹਿਣਗੇ ਪੈਸਾ ਹੋਊਗਾ ਇੰਡਸਟਰੀ ਵਧੂਗੀ ਟਰੱਕ ਹੋਰ ਬਣਨਗੇ ਸਾਡੇ ਮੁੰਡੇ ਇਹ ਟਰੱਕਾਂ ਦੇ ਉੱਤੇ ਬਾਰ ਦੇ ਮੁਲਕਾਂ ਚ ਜਾਣਗੇ ਸੋ ਇਹ ਸਾਰੇ ਮਸਲੇ ਸਾਡੇ ਹੈਗੇ ਆ ਕਿ ਇਹ ਕਦੋਂ ਹੱਲ ਹੋਣਗੇ ਸਾਡੇ ਨਾਲ ਕਦੋਂ ਗੱਲ ਹੋਊਗੀ ਜੇ ਅਸੀਂ ਗੱਲ ਕਰਦੇ ਆ ਇੱਥੇ ਆ ਦੇਖ ਲਓ ਮੈਨੂੰ ਘੇਰ ਕੇ ਹਾਊਸ ਅਰੈਸਟ ਕੀਤਾ ਪਾਰਲਮੈਂਟ ਦੇ ਵਿੱਚ ਬੋਲਣ ਨਹੀਂ ਦਿੰਦੇ ਤਾਂ ਮੇਰਾ ਮਸਲਾ ਪੈ ਕਿ ਮੋਦੀ ਸਾਹਿਬ ਕਹਿੰਦੇ ਆ ਕਿ ਇਹ ਸਾਡੀਆਂ 370 ਸੀ ਤਰਾਉਣੀ ਆ ਮੈਂ ਕਹਿੰਦਾ 543 ਆ ਜਾਣ ਅਸੀਂ ਤੁਹਾਡੀ ਢੂਈ ਨਹੀਂ ਮਾਰਦੇ ਅਸੀਂ ਕੀ ਲੈਣਾ ਤੁਹਾਡੇ 543 ਦੇ ਸੀਟਾਂ ਤੁਹਾਡੀਆਂ ਆ ਗਈਆਂ ਜਦੋਂ ਸਾਡੇ ਵੱਲ ਤਾਂ ਤੁਹਾਡਾ ਮੂੰਹ ਹੀ ਨਹੀਂ ਹੈ ਸਾਡਾ ਚਿਹਰਾ ਹੀ ਨਹੀਂ ਹੈ ਤੇ ਲਖੀਮਪੁਰ ਖੇਰੀ ਦੇ ਵਿੱਚ ਕਿਸਾਨ ਸਿੱਖ ਮਾਰਤੇ ਐ ਉਸ ਬਾਤਲ ਦੇ ਪਿਓ ਨੂੰ ਫੇਰ ਤੁਸੀਂ ਹੋਮ ਮਿਨਿਸਟਰੀ ਦਿੱਤੀ ਹੋਈ ਹੈ ਉਹਨੂੰ ਫੇਰ ਤੁਸੀਂ ਟਿਕਟ ਲਖੀਮਪੁਰ ਉੱਤੇ ਤਾਂ ਪੰਜਾਬ ਪਾਜਬ ਪ੍ਰਧਾਨ ਅ ਜਸਨੀਲ ਜਾਖੜ ਕਹਿੰਦੇ ਕਹਿੰਦੇ ਫੇਰ ਠੀਕ ਆ ਮੁੰਡੇ ਨੇ ਕਸੂਰ ਕੀਤਾ ਸੀ ਤੇ ਉਹਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਆ ਤੇ ਕਹਿੰਦੇ ਉਹਨੂੰ ਪਿਓ ਉਹਦੇ ਪਿਓ ਨੂੰ ਟਿਕਟ ਮਿਲੀ ਆ ਜੇ ਉਹਨੇ ਕੋਈ ਕ੍ਰਾਈਮ ਕੀਤਾ ਹੁੰਦਾ ਨਾ ਮਿਲਦੀ ਉਹ ਸੱਚੀ ਫਿਰ ਜਾਖੜ ਸਾਹਿਬ ਨੇ ਤਾਂ ਕੁਝ ਨਾ ਕੁਝ ਕਹਿਣਾ ਹੀ ਹੈ ਉਹ ਹੋਰ ਕੀ ਕਹਿ ਸਕਦੇ ਪਰ ਇਹ ਮੇਰਾ ਮਤਲਬ ਕਹਿੰਦਾ ਕਿ ਸਿੱਖਾਂ ਦੇ ਹੋਰ ਮਸਲਿਆਂ ਦੇ ਉੱਤੇ ਜਾਖੜ ਸਾਹਿਬ ਕੀ ਕਹਿਣਗੇ ਜਿਹੜੀ ਆਹ ਫੇਕ এনਕਾਊਂਟਰਸ ਹੋ ਰਹੀਏ ਜਿਹੜੇ ਕੈਂਡੀਡੇਟ ਦੇ ਵਿੱਚ ਮਾਰਤੇ ਉਹਨਾਂ ਦੇ ਬਾਰੇ ਡਾਕਟਰ ਸਾਹਿਬ ਕੀ ਕਹਿਣਗੇ ਉਹ ਸਾਰੀਆਂ ਗੱਲਾਂ ਕਰਨਾ ਸਾਡੇ ਨਾਲ ਉਹਦੇ ਪਿਓ ਨੇ ਨਹੀਂ ਕੀਤਾ ਤੇ ਮੁੰਡੇ ਨੇ ਕੀਤਾ ਹੈਗਾ ਤਾਂ ਮੇਰਾ ਮਤਲਬ ਉਹਨੂੰ ਵੇਲ ਕਿਵੇਂ ਮਿਲ ਗਈ ਜੀ ਇਹ ਬਾਕੀ ਅੰਦੇ ਨੂੰ ਕਿਉਂ ਮਿਲਦੀ ਸਾਡੇ 32-32 ਸਾਲਾਂ ਦੇ ਸਿੱਖ ਜੇਲ੍ਹਾਂ ਦੇ ਵਿੱਚ ਛੇਕੇ ਐ ਤੇ ਜੇ ਕਟਰ ਤੋਂ ਮੋਤੀ ਸਾਹਿਬ ਨੇ 8 ਬੰਦੇ ਛਡਾਏ ਐ ਫਾਂਸੀ ਤੋਂ ਬਹੁਤ ਅੱਛੀ ਗੱਲ ਹੈ ਅੱਛੀ ਫਾਂਸੀ ਦੇ ਕਲਾਫੇ ਪਰ ਜਿਹੜਾ ਇੱਥੇ ਰਾਜਮਾਂਚਰੇ ਨੂੰ ਹੋਰਾਂ ਨੂੰ ਫਾਂਸੀ ਮਿਲੀ ਉਹਨਾਂ ਨੂੰ ਤੇ 30 33 ਸਾਲਾਂ ਦੇ ਜਿਹੜੇ ਕੇਸ ਹੈਗੇ ਆ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਅਜੇ ਤੱਕ ਉਹ ਕਿਉਂ ਜੇਲ੍ਹ ਦੇ ਵਿੱਚ ਰੱਖੇ ਹੈਗੇ ਆ ਮੈਨੂੰ ਕਿਉਂ ਨਹੀਂ ਜਾਸਸ ਦਿੱਤੀ ਜਾਂਦੀ ਕਿ ਮੈਂ ਡਿਬੜੂਗੜ੍ਹ ਜੇਲ੍ਹ ਤੇ ਜਾ ਸਕਦਾ ਹਾਂ ਤੇ ਹਾਰ ਜੇਲ੍ਹ ਤੇ ਜਾ ਸਕਦਾ ਹਾਂ ਅੰਮ੍ਰਿਤਸਰ ਤੇ ਜਾ ਸਕਦਾ ਹਾਂ ਜੇ ਮੈਂ ਕਸ਼ਮੀਰ 'ਚ ਜਾਣਾ ਚਾਹਾਂ ਉੱਥੇ ਸਾਡੇ ਸਿੱਖ ਵੱਸਦੇ ਆ ਜਿਹੜੇ ਪੰਡਤ ਆ ਉਹਨਾਂ ਨੇ ਹਿਜਰਤ ਕਰਤੀ ਹੈ ਪਰ ਉੱਥੇ ਪੰਜਾਬੀ ਵੀ ਨਹੀਂ ਲਾਗੂ ਕੀਤੀ ਕਸ਼ਮੀਰ ਦੇ ਵਿੱਚ ਮੈਂ ਸਿੱਖਾਂ ਦਾ ਹਾਲ ਪੁੱਛਣਾ ਹੈ ਕਸ਼ਮੀਰੀਆਂ ਦਾ ਹਾਲ ਪੁੱਛਣਾ ਹੈ ਇਹ ਸਾਰਾ ਕੁਝ ਐਮਪੀ ਦਾ ਕੰਮ ਹੁੰਦਾ ਹੈ ਪਰ ਉਸ ਤੇ ਵੀ پابੰਦੀ ਹੈ ਜੇ ਅਸੀਂ ਜੀਪ ਖੋਲਦੇ ਹਾਂ ਤੇ ਆਪਾਂ ਬੰਦੀ ਲਾਤੀ ਹੈ ਧਰਨੇ 'ਚ ਵੀ ਤੁਸੀਂ ਜਾਣ ਦੀ ਕੋਸ਼ਿਸ਼ ਕੀਤੀ ਧਰਨੇ 'ਚ ਜਦੋਂ ਤੁਸੀਂ ਧਰਨੇ ਜਾਣ ਦੀ ਗੱਲ ਕਰਦੇ ਹੋ ਉਦੋਂ ਵੀ ਤੁਹਾਨੂੰ ਹੌਲਡ ਅਰੈਸਟ ਕਰ ਲਿਆ ਜਾਂਦਾ ਹਾਂ ਮੇਰੇ ਮਥਾ ਤਦੇ ਕੀਤਾ ਹੋਇਆ ਕਿ ਮੈਂ ਕਿਤੇ ਚਲੇ ਨਾ ਜਾਵਾਂ ਹਿੱਤ ਤੇ ਹਾਂ ਰਾਤ ਦਾ ਕੀਤਾ ਹੋਇਆ ਜੀ ਅਰੈਸਟ ਸਭ ਇੱਕ ਜਿਹੜੀ ਜਿਸ ਤਰ੍ਹਾਂ ਮੰਦਭਾਗੀ ਘਟਨਾ ਹੋਈ ਪੁਲਿਸ ਦੀ ਗੋਲੀ ਦੇ ਨਾਲ ਸ਼ੁਭਕਰਨ ਮਰਿਆ ਆਪਣਾ ਪੰਜਾਬ ਦਾ ਨੌਜਵਾਨ ਕਿਸਾਨ ਤੇ ਉਸ ਮਸਲੇ ਦੇ ਵਿੱਚ ਇੱਕ ਐਫਆਈਆਰ ਹੋਈ ਆ ਪਹਿਲੀ ਗੱਲ ਤੇ ਐਫਆਈਆਰ 21 ਤਰੀਕ ਦੀ ਘਟਨਾ ਤੇ ਪੁਲਿਸ ਕਹਿੰਦੀ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਆ ਉਹ 28 ਤਰੀਕ ਨੂੰ ਮਿਲਦੀ ਆ ਮਤਲਬ 7-8 ਦਿਨ ਪੁਲਿਸ ਨੂੰ ਪਤਾ ਹੀ ਨਹੀਂ ਲੱਗਦਾ ਵੀ ਘਟਨਾ ਹੋਈ ਐਫਆਈਆਰ ਦੇ ਵਿੱਚ ਲਿਖਿਆ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਐਫਆਈਆਰ ਆ ਕਹਿੰਦੇ ਉਹਤੇ ਵੀ ਸਵਾਲ ਖੜੇ ਹੋਰ ਨੇ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੀ ਕਹਿੰਦੇ ਪੰਜਾਬ ਪੁਲਿਸ ਕੋਲ ਐਫਆਈਆਰ ਜਿਹੜੀ ਆ ਦਰਜ ਕੀਤੀ ਗਈ ਆ ਕਿ ਉਹ ਟਰਾਂਸਫਰ ਹੋ ਜਾਏ ਕਲਪੁਰ ਹਰਿਆਣਾ ਹੀ ਉਹਤੇ ਅੱਗੇ ਉਹਦੀ ਇਨਵੈਸਟੀਗੇਸ਼ਨ ਕਰੇ ਇਹ ਸਾਰੇ ਪੰਜਾਬ ਦੇ ਅਫਸਰ ਉੱਥੇ ਸੀਗੇ ਡੀਸੀ ਸੀਗੇ ਆਈਪੀਐਸ ਅਫਸਰ ਸੀਗੇ ਉਹਨਾਂ ਨੇ ਦੇਖਣਾ ਸੀਗਾ ਕਿ ਫੌਰਨ ਇਹ ਦਰਜ ਹੁੰਦੀ ਜੇ ਜ਼ੀਰੋ ਐਫ ਆਈਆਰ ਦਰਜ ਵੀ ਕੀਤੀ ਹੈ ਫਿਰ ਇਹਦੀ ਤਫ਼ਤੀਸ਼ ਸੀਬੀ ਵੀ ਕਰਸਦੀ ਹੈ ਨਈਏ ਵੀ ਕਰਸਦੀ ਹੈ ਇਹ ਜ਼ਰੂਰੀ ਥੋੜੀ ਹੈ ਕਿ ਹਰਿਆਣਾ ਦੀ ਪੁਲਿਸ ਹੀ ਕਰੂਗੀ ਪਰ ਉਹਦੇ ਵਿੱਚ ਜਿਹੜੀ ਕਨਸਪੀਰੇਸੀ ਹੈ ਉੱਥੇ ਹਰਿਆਣਾ ਦਾ ਹੋਮ ਮਿਨਿਸਟਰ OWB ਇਨਵੋਲਟ ਹੈਗਾ DGP ਵੀ ਇਨਵੋਲਟ ਹੈਗਾ ਸੈਂਟਰ ਦੀ ਹੋਮ ਮਿਨਿਸਟਰੀ ਵੀ ਇਨਵੋਲਟ ਹੈਗੀ ਹੈ ਕਿ ਇਸ ਤਰ੍ਹਾਂ ਦਾ ਵਿਹਾਰ ਜ਼ਿੰਮੇਵਾਰਾਂ ਦੇ ਨਾਲ ਉੱਥੇ ਕੀਤਾ ਗਿਆ ਗੋਲੀ ਚੱਲੀ ਹੈ ਉਹਨਾਂ ਦੇ ਟਰੈਕਟਰਾਂ ਦੇ ਵਿੱਚ ਇੰਜਨਾਂ ਨੂੰ ਖੋਲ ਕੇ ਖੰਡ ਪਾਈ ਗਈ ਹੈ ਟਰੈਕਟਰ ਤੋੜ ਦਿੱਤੇ ਟਰਾਲੀਆਂ ਤੋੜ ਦਿੱਤੀਆਂ ਇਹੋ ਜਿਹਾ ਵਿਹਾਰ ਤਾਂ ਆਪਣੇ ਬੰਦਿਆਂ ਨਾਲ ਨਹੀਂ ਹੋਣਾ ਚਾਹੀਦਾ ਮਹਾਂ ਸਾਹਿਬ ਨਾਲ ਜੇ ਇਧਰ ਗੱਲ ਕਰੀਏ ਖਨੌਰੀ ਦੇ ਨਾਲ ਜੀਨ ਜ਼ਿਲ੍ਹਾ ਲੱਗਦਾ ਹਰਿਆਣਾ ਦਾ ਹੁਣ ਜਿਹੜੀ ਐਫ ਆਈ ਆਰ ਦੇ ਵਿੱਚ ਗੱਲ ਕੀਤੀ ਗਈ ਹੈ ਜਿਹੜੀ ਲਿਖਿਆ ਗਿਆ ਉਹ ਅਨਨੋਨ ਦੇ ਖਿਲਾਫ ਐਫ ਆਈ ਆਰ ਕੀਤੀ ਗਈ ਹੈ ਹਾਲਾਂਕਿ ਸਿੱਧਾ ਪਤਾ ਵੀ ਜਾਂ ਤੇ ਕੇਂਦਰ ਦੇ ਸੁਰੱਖਿਆ ਬਲ ਖੜੇ ਨੇ ਜਾਂ ਹਰਿਆਣਾ ਪੁਲਿਸ ਖੜੀ ਆ ਹੁਣ ਜਿਹੜੀ ਐਫ ਆਈ ਆਰ ਆ ਉਹ ਕੀਤੀ ਗਈ ਅਨਨੋਨ ਤੇ ਦਰਜ ਤੇ ਹੁਣ ਤੁਸੀਂ ਤੁਸੀਂ ਪੁਲਿਸ ਦੇ ਐਸਐਸਪੀ ਰਹੇ ਹੋ ਤੁਹਾਨੂੰ ਇਸ ਸਿਸਟਮ ਦਾ ਚੰਗੀ ਤਰ੍ਹਾਂ ਪਤਾ ਕੀ ਹੁਣ ਬਾਈ ਨੇਮ ਕਿਹੜੇ ਅਫਸਰ ਨੂੰ ਕੀਤਾ ਜਾ ਸਕਦਾ ਸੀਗਾ ਮੈਂ ਇਹੀ ਤਾਂ ਕਹਿੰਦਾ ਕਿ ਇਹ ਸਾਡੀ ਗੱਲ ਸੁਣੀ ਨਹੀਂ ਜਾਂਦੀ ਜਾਂ ਤਾਂ ਇਹ ਆਪਣੀ ਆਮ ਪਾਰਟੀ ਦਾ ਰਾਜ ਹੈ ਸੈਂਟਰ ਨੂੰ ਪੂਰੀ ਗੱਲ ਨਹੀਂ ਦੱਸ ਰਿਹਾ ਸੈਂਟਰ ਨੂੰ ਪੂਰਾ ਪਤਾ ਹੈ ਤੇ ਉਹ ਵੀ ਸਾਜਿਸ਼ ਦੇ ਵਿੱਚ ਇਹਦੇ ਵਿੱਚ ਮਿਲਿਆ ਹੋਇਆ ਜੋ ਕੁਝ ਖਨੌਰੀ ਹੋਇਆ ਜੋ ਕੁਝ ਸ਼ੰਭੂ ਹੋਇਆ ਇਹ ਸੈਂਟਰ ਦੀ ਅਗਿਆਤ ਤੋਂ ਬਗੈਰ ਨਹੀਂ ਹੋ ਸਕਦਾ ਕਿਵੇਂ ਜੀਟੀ ਰੋਡ ਤੇ ਸਾਰੇ ਰਸਤੇ ਪੰਜਾਬ ਦੇ ਦਿੱਲੀ ਨੂੰ ਜਾਣ ਵਾਲੇ ਸੈਂਟਰ ਦੇ ਹੁਕਮ ਤੋਂ ਬਗੈਰ ਕਿਵੇਂ ਬੰਦ ਕੀਤੇ ਜਾ ਸਕਦੇ ਆ ਤੇ ਕਿਵੇਂ ਸੈਂਟਰ ਨੇ ਇੱਕ ਨਵੀਂ ਹੱਦਬਾਜ਼ੀ ਬਣਾਤੀ ਹੈ ਕਿ ਪੰਜਾਬ ਅਲਹਿਦਾ ਕਰਤਾ ਜੰਮੂ ਕਸ਼ਮੀਰ ਅਲਹਿਦਾ ਕਰਤਾ ਦੇ ਹਿਮਾਚਲ ਦੇ ਦੋ ਜ਼ਿਲ੍ਹੇ ਕਾਂਗੜਾ ਤੇ ਚੰਬਾ ਤੇ ਉਹ ਨਾ ਇਹ ਵੀ ਲੈਟਰ ਕਰਤੇ ਹਿੰਦੁਸਤਾਨ ਤੋਂ ਇੱਕਵੇਂ ਹੋਇਆ ਹੁਣ ਮੇਰਾ ਮਤਮੇ ਇਹ ਤਾਂ ਇੱਕ ਨਵੀਂ ਬਾਉਂਡਰੀ ਬਣਾਤੀ ਹੈ ਇੱਕ ਪਾਕਿਸਤਾਨ ਦੀ ਬਾਉਂਡਰੀ ਹੈ ਇੱਕ ਹੁਣ ਪੰਜਾਬ ਤੇ ਦਿੱਲੀ ਦੀ ਬਾਉਂਡਰੀ ਬਣਾਤੀ ਹੈ ਇੱਕਵੇਂ ਕੀਤਾ ਹੈਗਾ ਕਿ ਮਾਨ ਮਾਨ ਸਰ ਜਿਹੜੀ ਮੈਂ ਗੱਲ ਕਰ ਸੀ ਇੱਕ ਆਪਣੇ ਜਦੋਂ ਇਸ ਸੰਗਰੂਪ ਤੋਂ ਐਮਪੀ ਹੁੰਦੇ ਸੀ ਭਗਵੰਤ ਸਿੰਘ ਮਾਨ ਸਭ ਲਈ ਸੀਐਮ ਸਾਹਿਬ ਜਦੋਂ ਸੰਗਰੂਰ ਤੋਂ ਐਮਪੀ ਹੁੰਦੇ ਸੀ ਉਦੋਂ ਪਾਰਲੀਮੈਂਟ ਦੇ ਵਿੱਚ ਜਿਹੜਾ ਗੋਲੀकांड ਆਈ ਹੈ ਨਾ ਬਿਆਦਵੀ ਕਾਂਡ ਹੋਇਆ ਉਸ ਦੇ ਵਿੱਚ ਉਹ ਕਹਿੰਦੇ ਨੇ ਕਹਿੰਦੇ ਪੁਲਿਸ ਕਹਿੰਦੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੇ ਅਣਪਛਾਤੀ ਪੁਲਿਸ ਤੇ ਪਰਚਾ ਦਰਜ ਕੀਤਾ ਉਸ ਵੇਲੇ ਉਹ ਕਹਿੰਦੇ ਸੀਗੇ ਕਿ ਪੁਲਿਸ ਅਣਪਛਾਤੀ ਕਿਵੇਂ ਹੋ ਸਕਦੀ ਆ ਪਰ ਹੁਣ ਉਹਨਾਂ ਨੇ ਅਣਪਛਾਤੀ ਪੁਲਿਸ ਦੇ ਖਿਲਾਫ ਪਰਚਾ ਦਰਜ ਕੀਤਾ ਅਣਪਛਾਤੇ ਖਿਲਾਫ ਮੈਂ ਗੱਲ ਕਰਦਾ ਕਿ ਸਾਡੀ ਨੁਮਾਇੰਦਗੀ ਨਹੀਂ ਕਰ ਰਹੇ ਇਹ ਇੱਥੇ ਆਮ ਪਾਰਟੀ ਦੇ ਮਾਨ ਸਾਹਿਬ ਨਹੀਂ ਕਰ ਰਹੇ ਇੱਥੇ ਜੋ ਕੁਝ ਇੱਥੇ ਹੋਇਆ ਹੈ ਇੱਥੇ ਉਹ ਸਤੂਨੇ ਕੁਸ਼ ਸੀਐਮ ਸਾਹਿਬ ਦੇ ਖਿਲਾਫ ਲਿਖਿਆ ਸੀਗਾ ਤੇ ਉਹਦੇ ਤੇ ਗਲਤ ਪਰਚੇ ਦਰਜ ਕਰਤੇ ਸਾਨੂੰ ਇੱਥੇ ਬਹੁਤ ਭਾਰੀ ਕੱਟ ਕਰਨੇ ਪਏ ਕਾਦੇ ਨਹੀਂ ਕੱਟ ਕਰਨੇ ਪਏ ਮੈਂ ਮੈਂਬਰ ਪਾਰਲੀਮੈਂਟ ਐ ਸੀਐਮ ਸਾਹਿਬ ਮੈਨੂੰ ਦੱਸਣ ਕਿ ਇਹ ਮੇਰੇ ਨਾਲ ਪਰਸਨਲ ਗੱਲ ਕਰਦੇ ਇਹਨਾਂ ਨੂੰ ਹਟਾ ਦਿਓ ਅਸੀਂ ਹਟਾ ਦਿੰਦੇ ਪਰ ਮੇਰਾ ਮਤਲਬ ਜੇ ਤੋ ਗੱਲ ਹੀ ਨਹੀਂ ਕਰਨੀ ਇਹ ਆਪੋਜੀਸ਼ਨ ਦੇ ਨਾਲ ਜਾਂ ਇਹ ਸਿਕੰਧਨ ਨਮਾਇੰਦਿਆਂ ਦੇ ਨਾਲ ਫਿਰ ਇਹਨਾਂ ਨੂੰ ਪਤਾ ਕੀ ਲੱਗੂਗਾ ਇਹ ਅੱਛਾ ਮਨਸਬ ਜਿਸ ਤਰ੍ਹਾਂ ਤੁਸੀਂ ਕਹਿੰਦੇ ਰਹੇ ਹੋ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਤੇ ਕਰ ਨਹੀਂ ਰਹੀ ਪੰਜਾਬ ਦਾ ਪੱਖ ਨਹੀਂ ਪੂਰ ਰਹੀ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਮੈਂ ਪੰਜਾਬ ਦੇ ਕਿਸਾਨਾਂ ਦਾ ਤੇ ਪੰਜਾਬ ਦਾ ਵਕੀਲ ਬਣ ਕੇ ਕੇਂਦਰ ਦੇ ਨਾਲ ਮੀਟਿੰਗਾਂ ਕਰਾ ਰਿਹਾ ਕਹਿੰਦੇ ਮੈਂ ਤਾਂ ਮਸਲਾ ਹੱਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਪਤਾ ਨਹੀਂ ਫਿਰ ਹੱਲ ਕਿਉਂ ਨਹੀਂ ਕਰਾਇਆ ਹੈ ਕਿ ਜੀ ਸਾਨੂੰ ਕੀ ਲੋੜ ਸੀ ਕਿ ਰੇਲ ਰੋਕੋ ਅੱਜ ਕਰਾਉਣ ਦੀ ਸਾਰੇ ਪੰਜਾਬ ਦੇ ਵਿੱਚ ਨਹੀਂ ਹੈ ਇਹ ਰੇਲ ਚੱਲੀ ਅੱਜ ਪਰ ਮੇਰਾ ਮਤਲਬ ਇਹ ਤੋਂ ਤਾਂ ਨਾ ਪਛਾਉਣੀ ਚਾਹੀਦੀ ਕਿ ਅਸੀਂ ਇਹ ਏਡਾ ਵੱਡਾ ਕੰਮ ਕਰ ਦਈਏ ਛੋਟੀ ਜੀ ਪਾਰਟੀ ਹੈ ਪਰ ਸਾਰੇ ਲੋਕ ਇਹ ਰੈਸਟ ਹੋ ਜਾਣ ਰਿਲਣਾ ਨਾ ਚੱਲਣ ਤੇ ਫਿਰ ਜੀ ਨਮਾਇੰਦਗੀ ਕਰਦੇ ਹੁੰਦੇ ਤੇ ਇਹ ਕੰਮ ਨਾ ਹੁੰਦਾ ਮੈਂ ਮੈਂ ਸਮਝ ਪਾ ਤੁਸੀਂ ਹਾਲਾਂਕਿ ਪੰਜਾਬ ਪੁਲਿਸ ਗ੍ਰੈਬ ਭਾਗ ਦੇ ਅੰਦਰ ਹੀ ਆ ਉਹ ਵੀ ਮੁੱਖ ਮੰਤਰੀ ਸਾਹਿਬ ਹੀ ਨੇ ਗ੍ਰਹਿ ਮੰਤਰੀ ਵੀ ਤੇ ਪਰ ਪੰਜਾਬ ਪੁਲਿਸ ਦਾ ਰੋਲ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਪੁਲਿਸ ਪੂਰੇ ਪੰਜਾਬ ਦੇ ਚਾਹੇ ਤੁਸੀਂ ਖਨੌਰੀ ਬਾਰਡਰ ਤੇ ਜਾਣੇ ਹੋ ਤੁਹਾਨੂੰ ਪਾਤਣਾ ਡੇੜਬੇ ਹਰ ਥਾਂ ਨਾਕੇ ਮਿਲਦੇ ਆ ਚਾਹੇ ਤੁਸੀਂ ਸ਼ੰਭੂ ਜਾਣੇ ਹੋ ਪਟਿਆਲਿਆਂ ਰਾਜਪੁਰਿਆਂ ਜਾਂ ਉਸ ਤੋਂ ਪਹਿਲਾਂ ਨਾਕੇ ਮਿਲਨੇ ਸ਼ੁਰੂ ਹੋ ਜਾਂਦੇ ਆ ਪਰ ਜਦੋਂ ਵੇਲਾ ਸੀ ਅਸਲ ਦੇ ਵਿੱਚ ਇਹ ਕਹਿੰਦੇ ਆ ਕਿ ਅਸੀਂ ਲਾਅ ਐਂਡ ਆਰਡਰ ਮੇਨਟੇਨ ਰੱਖਣ ਦੇ ਲਈ ਉੱਥੇ ਪੰਜਾਬ ਪੁਲਿਸ ਲਾਈ ਆ ਪਰ ਜਦੋਂ ਪੰਜਾਬ ਪੁਲਿਸ ਦਾ ਵੇਲਾ ਸੀ ਉੱਥੇ ਲਾਅ ਐਂਡ ਆਰਡਰ ਮੇ ਜੇ ਪੰਜਾਬ ਪੁਲਿਸ ਨੇ ਕੋਈ ਅਫਸਰ ਅਨੇਕ ਸਖਤ ਸਟੈਂਡ ਲਿਆ ਹੁੰਦਾ ਪਹਿਲੇ ਦਿਨ ਡਰੋਨ ਦੇ ਖਿਲਾਫ ਤਾਂ ਤੁਹਾਨੂੰ ਲੱਗਦਾ ਕਿ 21 ਤਰੀਕ ਨੂੰ ਸਿੱਧੀਆਂ ਗੋਲੀਆਂ ਚੱਲ ਜਾਂਦੀਆਂ ਕਰਨਾ ਚਾਹੀਦਾ ਸੀ ਜੀ ਇਹਨਾਂ ਨੂੰ ਪਰਚੇ ਦਰਜ ਕਰਨਾ ਚਾਹੀਦੇ ਸੀ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਸੀ ਇਹਨਾਂ ਨੂੰ ਜਵਾਬੀ ਫਾਇਰ ਕਰਨਾ ਚਾਹੀਦਾ ਸੀਗਾ ਕਿ ਇਹਨਾਂ ਤੇ ਹਿੰਮਤ ਕਿਵੇਂ ਹੋ 21 ਪੰਜਾਬ ਦੇ ਉੱਤੇ ਇਹ ਦੂਸਰਾ ਸੂਪਾ ਇਹ ਗੋਲੀਆਂ ਛਲਾ ਰਿਹਾ ਡਰੋਨਸ ਭੇਜ ਰਿਹਾ ਫੇਰ ਅੰਦਰ ਆ ਕੇ ਇਹਨਾਂ ਦੇ ਟਰੈਕਟਰਾਂ ਦੇ ਵਿੱਚ ਇੰਜਣਾਂ ਦੇ ਵਿੱਚ ਖੰਡ ਪਾ ਰਿਹਾ ਤੋੜ ਰਿਹਾ ਇਹਨਾਂ ਨੂੰ ਕੁੱਟ ਰਿਹਾ ਮਾਰ ਰਿਹਾ ਇਹ ਕਿਵੇਂ ਹੋ ਸਕਦਾ ਸੀ ਜੇ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਆਪਣਾ ਫਰਜ ਨਿਭਾਉਂਦੀ ਹੁੰਦੀ ਨਹੀਂ ਨਿਭਾਇਆ ਇਹਨਾਂ ਨੇ ਤੇ ਮਾਨਸਰ ਤੁਸੀਂ ਆਉਣ ਵਾਲੇ ਦਿਨਾਂ 'ਚ ਫਿਰ ਇਹ ਕੇਸ ਸਾਰੇ ਕਿਸਾਨਾਂ ਵਾਲੇ ਮਸਲੇ ਦੇ ਕਿਸਾਨਾਂ ਧਰਨੇ ਤੋਂ ਡੇ ਕੋਈ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਹੈ ਉਹ ਮੇਰਾ ਹੁਣ ਅੱਜ ਰੇਲ ਰੋਕੋ ਹੈ ਕੱਲ ਦੇਖਾਂਗੇ ਕੀ ਹੋਇਆ ਅੱਜ ਤਾਂ ਮੈਂ ਇਹ ਅੰਡਰ ਅਰੈਸਟ ਹੈਗੇ ਤੇ ਕੱਲ ਦੇਖਾਂਗੇ ਸਾਰਾ ਕੁਝ ਪਾਰਟੀ ਦੀ ਮੀਟਿੰਗ ਕਰਾਂਗੇ ਜਿਹੜੇ ਲੋਕਾਂ ਨੇ ਇਹ ਆਪਣਾ ਕੰਮ ਨਹੀਂ ਕੀਤਾ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ ਪਾਰਟੀ ਵਾਲਿਆਂ ਨਾਲ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਬਹਾਦਰੀ ਦਾ ਤਕਮੰਦ ਦਵਾਂਗੇ ਸਾਰਾ ਕੁਝ ਕਰਾਂਗੇ ਸਾਰੀ ਥੀਸ ਨੂੰ ਦੇਖਾਂਗੇ ਕਿਵੇਂ ਆਪਣੀ ਪਾਰਟੀ ਨੇ ਕੀਤਾ ਪਰ ਅਸੀਂ ਕਿਸਾਨਾਂ ਦਾ ਜਿਹੜਾ ਇਹ ਜਤੋ ਜੈਤ ਹੈ ਇਹਨੂੰ ਪੂਰੀ امدਾਦ ਕਰ ਰਹੀ ਹੈਗੇ ਆ ਕਿ ਇਹ ਕਾਰਮਜਾਬ ਹੋਵੇ ਜਿੱਤੇ ਨਾਲ ਪੰਜਾਬ ਵਧੀਆ ਇੱਕ ਸਟੇਟ ਬਣੇ ਬਾਰਡਰ ਖੁੱਲੇ ਟ੍ਰੇਡ ਹੋਵੇ ਸਾਡੇ ਲਾਲੇ ਬਾਣੀਏ ਇਹ ਵੀ ਖੱਟੇ ਖੱਟੀ ਕਰਨ ਅਸੀਂ ਚਾਹੁੰਦੇ ਹਾਂ ਕਿ ਇਹ ਹਰਿਆਣਾ ਤੇ ਵੀ ਹਿਮਾਚਲ ਦੇ ਵੀ ਜੰਮੂ ਕਸ਼ਮੀਰ ਦਾ ਜਦੋਂ ਬਾਰਡਰ ਖੁੱਲ ਗਿਆ ਤੇ ਟ੍ਰੇਡ ਇਰਾਕ, ਇਰਾਨ, ਸਰੀਆ, ਮਿਡਲ ਈਸਟ ਰੂਸ, ਚੀਨ ਦੇ ਨਾਲ ਰਿਪਬਲਿਕਸ ਜਿਹੜੀਆਂ ਇਸ ਸ਼ਹਿਰ ਦੇ ਵਿੱਚ ਹੈ ਉੱਥੇ ਸ਼ੁਰੂ ਹੋਊਗੀ ਤਾਂ ਇੱਥੇ ਤਾਂ ਬਹੁਤ ਸਾਨੂੰ ਫਾਇਦਾ ਹੋਊਗਾ ਸਾਡੇ ਇਹ ਆਰਾਮ ਤੋਂ ਪਾਈਪਲਾਈਨ ਆਊਗੀ ਤੇਲ ਦੀ ਫਾਸਲ ਕਾ ਆ ਕੇ ਉੱਥੇ ਉਹਦਾ ਹੈੱਡ ਬਣੂਗਾ ਸਾਨੂੰ ਤਾਂ ਬਹੁਤ ਫਾਇਦਾ ਜੇ ਇਹ ਸਾਡਾ ਇਲਾਕਾ ਖੁੱਲ ਜੇ ਪਰ ਇਹ ਨਹੀਂ ਖੋਲ ਰੇ ਸਾਡਾ ਸਟੇਟਸ ਇਹਨੂੰ ਖੋਲੋ ਤਰੋਂ ਕਾਰੋਬਾਰ ਚੱਲੇ ਸਾਡੇ ਮੁੰਡੇ ਇੱਧਰ ਜਾ ਰਹੇ ਆ ਉੱਤਰ ਜਾ ਰਹੇ ਆ ਆ ਨਸ਼ੇ ਆ ਰਹੀ ਹੈ ਤੇ ਇਹਨਾਂ ਨੂੰ ਕਿਉਂ ਨਹੀਂ ਬੰਦ ਕਰਦੇ ਹੈ ਕਿ ਇਹ ਤਾਂ ਬੰਦ ਹੋ ਸਕਦੇ ਹੈ ਹੁਣ ਜਿਹੜੇ ਬੰਦੇ ਬੰਦ ਕਰਨਾ ਚਾਹੁੰਦੇ ਸੀਗੇ ਇਹ ਆਹੀ ਪੰਜਾਬ ਦੇ ਵਾਰਿਸ ਉਹਨਾਂ ਨੂੰ ਫੜ ਕੇ ਜੇਲ੍ਹਾਂ ਚ ਸਾਹਮਣੇ ਭੇਜ ਦਿੱਤਾ ਉਹਦਾ ਕੀ ਫਾਇਦਾ ਹੋਇਆ ਮਾਨ ਸਾਹਿਬ ਇਲੈਕਸ਼ਨ ਤੇ ਵੀ ਗੱਲਬਾਤ ਕਰ ਲਈਏ ਪਿਛਲੇ ਇਲੈਕਸ਼ਨ ਤੁਸੀਂ ਜਮਨੀ ਚੋਣ ਸੰਗਰੂਰ ਤੋਂ ਤੁਹਾਨੂੰ ਵਧੀਆ ਹੰਗਾਰਾ ਮਿਲਿਆ ਸੰਗਰੂ ਦੇ ਲੋਕਾਂ ਨੇ ਜਤਾਇਆ ਤੇ ਇਸ ਵਾਰ ਵੀ ਫਿਰ ਇਲੈਕਸ਼ਨ ਦੀ ਤਿਆਰੀ ਹੈ ਐਟ ਕੀ ਬਹੁਤ ਤਕੜੀ ਹੈ ਜੀ ਕਿਉਂ ਕਰਕੇ ਇਹ ਜਿਹੜਾ ਮੈਨੂੰ ਮੌਕਾ ਮਿਲਿਆ ਜਿਹੜਾ ਮੈਨੂੰ ਇਹ ਐਮਪੀ ਲੈਡ ਫੰਡਸ ਮਿਲੇ ਹੈ ਜਿਹੜਾ ਮੈਂ ਇਲਾਕੇ ਦੇ ਵਿੱਚ ਕੰਮ ਕੀਤਾ ਪਿੰਨ ਪਿੰਨ ਅਸੀਂ ਪ੍ਰਚਾਰ ਕਰ ਦਿੱਤਾ ਆਪਣੇ ਕਾਰਡਸ ਬਣਾਤੇ ਹੈ ਆਪਣੇ ਜਿੰਨਾ ਵੀ ਲੋਕਾਂ ਨੂੰ ਚੀਜ਼ਾਂ ਚਾਹੀਦੀਆਂ ਸੀ ਉਹ ਕਰਤੀਆਂ ਜਿਨ੍ਹਾਂ ਨੂੰ ਕੈਂਸਰ ਸੀਗਾ ਸਾਰੇ ਇਲਾਕੇ ਦੇ ਵਿੱਚ ਜਿੰਨੇ ਵੀ ਕੈਂਸਰ ਦੇ ਪੇਸ਼ੈਂਟ ਸੀਗੇ ਉਹਨਾਂ ਨੂੰ 3-3 3.5 ਲੱਖ ਰੁਪਏ ਦੇ ਕੇ ਉਹਨਾਂ ਦਾ ਇਲਾਜ ਕਰਾਇਆ ਹੈ। ਕੱਚੇ ਘਰਾਂ ਨੂੰ ਪੱਕੇ ਕਰਾ ਤਾ ਲੈਟਰੀਨਸ ਬਣਾਤੀਆਂ, ਨਲਕੇ ਬਣਾਤੇ ਆ ਜਿੰਨਾ ਵਿਧਵਾ ਦੇ ਕੋਲੇ 올ਡ ਏਜ ਪੈਨਸ਼ਨਸ ਨਹੀਂ ਸੀਆਂ ਉਹ ਦੇਤੀਆਂ। ਜਿਹੜਾ ਕੰਮ ਰੁਕੇ ਹੋਏ ਸੀਗੇ ਸਾਰੇ ਮੇਰੇ ਸੰਗਰੂਰ ਹਲਕੇ ਦੇ ਵਿੱਚ ਕੀਤੇ ਹੋਏ ਆ। ਪਰ ਆਮ ਆਦਮੀ ਪਾਰਟੀ ਤਾਂ ਸੰਗਰੂਰ ਨੂੰ ਆਪਣੀ ਰਾਜਧਾਨੀ ਮੰਨਦੀ ਆ। ਉਹ ਕਹਿੰਦੇ ਸਾਡਾ ਕਿਲਾਗਾ ਹੈ। ਤੇ ਉਹ ਕਿਲਾ ਤਾਂ ਆਪਾਂ ਨੇ ਤੋੜਤਾ ਤੁਹਾਨੂੰ ਤੁਹਾਡੇ ਸਾਹਮਣੇ ਤਾਂ ਟੁੱਟਿਆ ਪਿਆ ਇਹ ਹੁਣ ਉਹਦੇ ਨਾਲ ਗੱਲ ਕਰ ਰਹੇ ਹਾਂ ਜਿਹੜੀ ਪਾਰਟੀ ਨੇ ਤੋੜਤਾ ਹੈ ਨਾ ਤੇ ਐਸਟ੍ਰੀ ਨੀ ਹੁਣ ਪੁਲਿਸ ਵਾਲੇ ਸੀਨੀਅਰ ਬੰਦੇ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਜੀ ਤੁਸੀਂ ਨਾ ਕਰੋ ਲੋਕਾਂ ਨੂੰ ਤੰਗ ਹੋਣਗੇ ਫਲਾਣਾ ਠਿੰਗਾ ਪੁਲਿਸ ਦਾ ਕੰਮ ਹੈ ਇਨਫੋਰਮੇਸ਼ਨ ਦੇਣਾ ਜੇ ਪੁਲਿਸ ਨੇ ਗੱਲ ਕਰਨੀ ਹੈ ਤੇ ਜੇ ਮੈਂ ਚੋਰੀ ਕਰਦਾ ਜਾਂ ਸਾਈਕਲ ਚੋਰਾਣ ਜਿਵੇਂ ਕੁ ਬਿੱਟਾ ਸੀਗਾ ਤੇ ਸਾਡਾ 10 ਨੰਬਰ ਦਾ ਪਰਚਾ ਬਣਦਾ ਹੈ ਤੇ ਮੈਂ ਤਾਂ ਪੁਲਿਸ ਨੂੰ ਕਹਿ ਸਕਦਾ ਕਿ ਜਨਾਬ ਅਗਲੀ ਵਾਰੀ ਮੈਂ ਨਹੀਂ ਸਾਈਕਲ ਚੋਰੀ ਕਰਦਾ ਫੇਰ ਤਾਂ ਗੱਲ ਮੁੱਕ ਸਕਦੀ ਹੈ ਪਰ ਇਹ ਫੌਜਦਾਰੀ ਦਾ ਤੇ ਇਹ ਕ੍ਰਿਮਨਲ ਇਸ਼ੂ ਤਾਂ ਨਹੀਂ ਹੈ ਇਹ ਤਾਂ ਸਿੱਖਣ ਦੇ ਮਸਲੇ ਹੈ ਇਹ ਤਾਂ ਤਾਂ ਹੱਲ ਹੋਣਗੇ ਜੇ ਪ੍ਰਾਈਮ ਮਿਨਿਸਟਰ ਤੇ ਚੀਫ ਨਸਰ ਇਹਦੇ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇਖੇ ਕਿ ਕਾਨੂੰਨ ਨੂੰ ਲਾਗੂ ਕਿਉਂ ਨਹੀਂ ਅਸੀਂ ਕਰਦੇ ਇਹ ਤੁਸੀਂ ਸ਼ੁਰੂ ਚ ਇੱਕ ਗੱਲ ਆਖੀ ਸੀ ਕਹਿੰਦੇ ਮੈਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਦਿੰਦੇ ਮੈਂ 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 ਤੁਹਾਡੀ ਸੋਸ਼ਲ ਮੀਡੀਆ ਤੇ ਕਲਿੱਪ ਵਾਇਰਲ ਹੋਈ ਦੇਖ ਰਿਹਾ ਜੀ ਤੁਸੀਂ ਕਹਿੰਦੇ ਮੈਨੂੰ ਬੋਲਣ ਨਹੀਂ ਦਿੱਤਾ ਫਿਰ ਮੈਂ ਕਿਹਾ ਆਜੋ ਕੱਲਾ ਕੱਲਾ ਬਾਹਰ ਆਜੋ ਆਏ ਫਿਰ ਹਾਂ ਉਹ ਮੈਨੂੰ ਉੱਠ ਕੇ ਚੈਲੰਜ ਕਰ ਰਹੇ ਸੀਗੇ ਤੇ ਮੈਂ ਕਿਹਾ ਕਿ ਇਹ ਤੁਸੀਂ ਇਹ ਇੱਥੇ ਬੋਲਣ ਦੇ ਲਈ ਆਏ ਆ ਪਾਰਲੀਮੈਂਟ ਦੇ ਵਿੱਚ ਬੋਲਣਾ ਤੇ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਮੈਂ ਗੁਰੂ ਗੋਬਿੰਦ ਸਿੰਘ ਦਾ ਪੋਤਾ ਹਾਂ ਉਹਨਾਂ ਨੇ ਕਿਹਾ ਸਵਾ ਲੱਖ ਸੇ ਇੱਕ ਲੜਾਂ ਤਵੀ ਗੋਬਿੰਦ ਸਿੰਘ ਆਪਣਾ ਨਾਮ ਕੋਹਾਉ ਤੇ ਜੇ ਤੁਸੀਂ ਐ ਕਰਨਾ ਮੈਂ ਕੱਲਾ ਤੁਸੀਂ ਆਜੋ ਬਾਹਰ ਆਜੋ ਪਾਰਲੀਮੈਂਟ ਦੇ ਮੈਂ ਤੁਹਾਨੂੰ ਕੱਲੇ ਕੱਲੇ ਨੂੰ ਠੋਕ ਦਿੰਦਾ ਫਿਰ ਸਾਰੇ ਬੈਠ ਗਏ ਇਹ ਚੱਗ ਵਰਗਣ ਬੈਠ ਗਏ ਸਾਰੇ ਸ਼ੁਕਰੀਆ ਮਾਨ ਸਭ ਧੰਨਵਾਦ ਸੀ ਸਮਾਗਦੇ ਵਾਇਕ ਚ ਖਲਸਾ ਵਾਇਕ ਚ ਫਤਹਿ ਥੈਂਕ ਯੂ ਸੋ ਸਨ ਸੇਮਰਨਜੀਤ ਸਿੰਘ ਮਾਨ ਜਿਨ੍ਹਾਂ ਦੇ ਨਾਲ ساری ਗੱਲਬਾਤ ਤੁਸੀਂ ਸੁਣੀ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ